साजन लोपो प्रेजेंट जीम जग श्रम शापरां दी दिन कट के भले ते बुरे जांदे बहुते जीव जन्म लैणे इत्थे ते कई इस जहान तो तुरे जांदे कई फलदे कई फलदे चेत दी रुत वांगू ते कई वांग पतासियां फुरे जांदे फल गुरु दे ਦਰਬਾਰ ਸਿੰਘਾ ਇਥੋਂ ਮਨਮੁਖ ਬਹੁਤ ਨੁਕਰੇ ਜਾਂਦੇ ਇਥੋਂ ਮਨਮੁਖ ਬਹੁਤ ਨੁਕਰੇ ਜਾਂਦੇ ਮਾਨਯੋਗ ਸਤਿਕਾਰਯੋਗ ਸੰਗੇ ਜੀ ਸਵਾਮੀ ਦਰਬਾਰਾ ਸਿੰਘ ਜੀ ਉਹਨਾਂ ਦੀ ਪਾਵਨ ਰਚਨਾ ਆਪ ਜੀ ਨੇ ਸ਼ਰਨ ਕੀਤੀ ਹੈ ਪਕੜ ਗੁਰਾਂ ਦੇ ਚਰਨ ਦਰਬਾਰ ਸਿੰਘਾ ਇਥੋਂ ਮਨਮੁਖ ਬਹੁਤ ਨੁਕਰੇ ਜਾਂਦੇ ਆ ਕਵਿਤਾ ਅੱਜ ਜਿਹੜੀ ਹੁਣ ਬੋਲਣ ਲੱਗੇ ਹੈ ਅੱਜ ਤੋਂ 70 ਸਾਲ ਪਹਿਲਾਂ ਗਿਆਨੀ ਅਰਜਨ ਸਿੰਘ ਜੀ ਕਾਲ ਬੰਜਾਰੇ ਵਾਲਿਆਂ ਨੇ ਲਿਖੀ ਸੀ ਤੇ ਮਾਨਯੋਗ ਸਾਜਨ ਸਟੂਡੀਓ ਲੋਪੋ ਵਾਲੇ ਜਿਹੜੇ ਤਮਾਮ ਪੰਜਾਬ ਦੇ ਕਵੀਸ਼ਰਾਂ ਦੀਆਂ ਚਿੱਪਾਂ ਕਾਸਟਾਂ ਜਿਨ੍ਹਾਂ ਨੇ ਤਿਆਰ ਕਰਕੇ ਬਹੁਤ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਈਆਂ ਉਹਨਾਂ ਦਾ ਹੁਕਮ ਸੀ ਵੀ ਆ ਸ਼ਬਦ ਜ਼ਰੂਰ ਰਿਕਾਰਡਿੰਗ ਕਰਾਇਓ ਛੱਡ ਜੇ ਮਾਨ ਸਰੋਵਰ ਇੱਕ ਦਿਨ ਹੰਸ ਪੰਜਾਬ ਦਿਆ ਆ ਸਰੀਰ ਇੱਕ ਮਾਨ ਸਰੋਵਰ ਹੈ ਮਾਨ ਸਰੋਵਰ ਤੇ ਕੌਣ ਦੇ ਹੰਸ ਆ ਜਿਹੜੇ ਖਿਆਲ ਹੈ ਬੰਦੇ ਦੇ ਇਹ ਹੰਸ ਤਾਂ ਜੇ ਹੰਸ ਤਾਂ ਮੋਤੀ ਚੁਗਦਾ ਹੈ ਇਹ ਮੋਤੀ ਚੁਗੇ ਲਓ ਗੁਰਮੁਖਾ ਕਵਿਤਾ ਸੁਣੋ ਮੌਤ ਦੀ ਡੇਟ ਹਰ ਬੰਦੇ ਦੀ ਮੁਕਰਰ ਹੈ ਦੋ ਭੁੱਲੇ ਨਾ ਪੁਰਸ਼ ਇੱਕ ਈਸ਼ਵਰ ਨੂੰ ਨਾ ਭੁੱਲੇ ਇੱਕ ਮੌਤ ਨੂੰ ਨਾ ਭੁੱਲੇ ਕਦੇ ਪਾਪ ਨਹੀਂ ਕਰਦਾ ਰੋਡਿਆਂ ਵਾਲੇ ਜਥੇ ਤੋਂ ਸ਼ਰਨ ਕਰੋ ਸਾਥ ਦੇ ਰਹੇ ਨੇ ਸਾਥੀ ਜਗਤਾਰ ਸਿੰਘ ਰਾਮਾ ਤੇ ਨਛੱਤਰ ਸਿੰਘ ਆਪਣੇ ਸਤਨਾਮ ਸਿੰਘ ਸੱਤੀ ਜੀ ਬੁੱਟਰ ਵਾਲੇ ਪੰਡਿਤ ਸੋਮਨਾਥ ਰੋਡਿਆਂ ਵਾਲਿਆਂ ਤੋਂ ਸੁਣੋ ਮੇਰੀ ਗਲਤੀ ਮੇਰੀ ਝੋਲੀ ਪਾਉਣ ਲਈ 98-142-42-940 ਤੇ ਫੋਨ ਕਰਨਾ ਸਾਰੀ ਸੰਗਤ ਸ਼ਰਨ ਕਰੋ ਛੱਡ ਜੇ ਮਾਨ ਸਰੋਵਰ ਇੱਕ ਦਿਨ ਹੰਸ ਪੰਜਾਬ ਦਿਆ ਉਹ ਮਿਲੇ ਕਰਕੇ ਦੇਖ ਬਚਾਰ ਯਾਰ ਵੈਥੇ ਕੀ ਤੇਰਾ ਗਏ ਚਲੋ ਚਲੀ ਦਾ ਮਿਲਦਾ ਵੇ ਦੁਨੀਆ ਰਹਿਣ ਬਸੇਰਾ ਵੇ ਤਾਂ ਤਹਾੜਾ ਕੱਟ ਜੂ ਬੇਸ਼ਾ ਜੋੜੀ ਟਾਵ ਗਿਆ ਛੱਡ ਜੇ ਮਾਨ ਸਰੋਵਰ ਇੱਕ ਦਿਨ ਹੰਸ ਪੰਜਾਬ ਦਿਆ ਫਿਰ ਤ੍ਰਿਸ਼ਨਾ ਗੱਪੀ ਕਠੀਆਂ ਕਰ ਲਾ ਦੌਲਤਾਂ ਮੱਥੇ ਲਿਖੀ ਕੰਗਾਲੀ ਮਿਟ ਜੂ ਕਿਹੜੇ ਕਾਲਤਾਂ ਖਾਲਸਾ